ਅਮਰੀਕਾ ਤੋਂ ਸਿੱਖ ਐਕਟਿਵਿਸਟ ਭਜਨ ਸਿੰਘ ਪਿੰਡਰ ਆਪਣੇ ਉੱਪਰ ਵੀ ਅੱਤਵਾਦੀ ਦਾ ਟੈਗ ਲਾਏ ਜਾਣ ਤੋਂ ਖਫਾ ਹੈ। ਉਹ ਹੈਰਾਨ ਹੈ ਕਿ ਮੌਜੂਦਾ ਟੂਲ ਕਿਟ ਮਾਮਲੇ 'ਚ ਉਸ ਦਾ ਵੀ ਨਾਮ ਕਸੀਟਿਆ ਜਾ ਰਿਹਾ ਹੈ ਜੋ ਬਿਲਕੁਲ ਬੇਬੁਨਿਆਦ ਹੈ। ਉਹਨਾਂ ਦਾ ਕਹਿਣਾ ਹੈ ਕਿ ਮੈਂ ਕਦੇ ਅੱਤਵਾਦ ਨਾਲ ਸੰਬੰਧਿਤ ਪਰਿਵਾਰਾਂ ਦੀ ਬਹੁਤ ਪਹਿਲਾਂ ਮਦਦ ਜ਼ਰੂਰ ਕੀਤੀ ਹੈ ਪਰ ਮੈਂ ਅੱਤਵਾਦੀ ਨਹੀਂ ਹਾਂ। ਅਸਲ ਵਿੱਚ ਸਵੀਡਨ ਦੇ ਵਾਤਾਵਰਣ ਕਾਰਕੁਨ ਗ੍ਰੇਟਾ ਥੰਬਰਗ ਦੁਆਰਾ ట్ਵੀਟ ਕੀਤੇ ਗਏ ਟੂਲ ਕਿਟ ਦੀ ਚਲ ਰਹੀ ਪੜਤਾਲ ਵਿੱਚ ਇੱਕ 61 ਸਾਲਾ ਯੂਐਸ ਅਦਾਜ ਸਿੱਖ ਕਾਰਕੁਨ ਭਜਨ ਸਿੰਘ ਪਿੰਡਰ ਉਰਪਾ ਇਕਬਾਲ ਚੌਧਰੀ ਜਿਸ ਨੂੰ ਦੱਸਿਆ ਜਾ ਰਿਹਾ ਹੈ ਉਸ ਦਾ ਜ਼ਿਕਰ ਵੀ ਆਇਆ ਹੈ ਦਾ ਇੰਡੀਅਨ ਐਕਸਪ੍ਰੈਸ 'ਚ ਭਜਨ ਸਿੰਘ ਪਿੰਡਰ ਦੀ ਇੰਟਰਵਿਊ ਛਾਪੀ ਹੈ ਜਿਸ ਵਿੱਚ ਉਸ ਨੇ ਤਫਸੀਲ ਨਾਲ ਆਪਣੇ ਬਾਰੇ ਦੱਸਿਆ ਹੈ ਉਸ ਨੇ ਕਿਹਾ ਕਿ ਮੇਰਾ ਪਰਿਵਾਰ ਪੰਜਾਬ ਦੇ ਗੁਰਦਾਸਪੁਰ ਜਿਹੜੇ ਨਾਲ ਸੰਬੰਧਿਤ ਹੈ ਮੇਰੇ ਦਾਦਾ ਸੁਲਤਾਨ ਸਿੰਘ ਇੱਕ ਸਾਧਾਰਨ ਪਰਿਵਾਰ ਵਿੱਚੋਂ ਸਨ ਜੋ ਬ੍ਰਿਟਿਸ਼ ਸ਼ਾਸਨ ਵਿਰੁੱਧ ਲੜਦਾ ਰਿਹਾ ਹੈ ਤੰਗ ਪਰੇਸ਼ਾਨੀਆਂ ਦਾ ਸਾਹਮਣਾ ਕਰਦਾ ਰਿਹਾ ਉਸ ਵੇਲੇ ਦੇ ਹਾਲਾਤਾਂ ਦੇ ਸਤਾਏ ਉਸ ਨੇ ਦੇਸ਼ ਛੱਡਣ ਦਾ ਫੈਸਲਾ ਲਿਆ ਸੀ ਉਹ ਕਈ ਹੋਰ ਲੋਕਾਂ ਦੀ ਤਰ੍ਹਾਂ ਮਲਾਇਆ ਵਿੱਚ ਸੈਟਲ ਹੋ ਗਿਆ ਨੇ ਬ੍ਰਿਟਿਸ਼ ਦਾ ਵਿਰੋਧ ਕੀਤਾ ਤੇ ਕਦੇ ਵਾਪਸ ਨਹੀਂ ਪਰਤੇ। ਅਸੀਂ ਇੱਥੇ ਜੰਮੇ ਇੱਥੇ ਹੀ ਸਾਡਾ ਪਾਲਣ-ਪੋਸ਼ਣ ਹੋਇਆ। ਫਿਰ ਮੈਂ 1980 ਵਿੱਚ 21 ਸਾਲ ਦੀ ਉਮਰ ਵਿੱਚ ਅਮਰੀਕਾ ਚਲਾ ਗਿਆ। ਅਤੇ ਹੁਣ ਮੈਂ ਕੈਲੀਫੋਰਨੀਆ ਦੇ ਉੱਤਰੀ ਹਿੱਸੇ ਵਿੱਚ ਰਹਿ ਰਿਹਾ ਹਾਂ। ਮੇਰਾ ਪਿਛਲੇ 22 ਸਾਲਾਂ ਤੋਂ ਆਪਣਾ ਬੀਮਾ ਕਾਰੋਬਾਰ ਚੱਲ ਰਿਹਾ ਹੈ। ਮੈਂ 1980 ਦੇ ਅਖੀਰ ਵਿੱਚ ਸਭ ਤੋਂ ਵੱਡੇ ਗੁਰਦੁਆਰਾ 프ੈਮੈਂਟੋ ਦਾ ਸਭ ਤੋਂ ਛੋਟੀ ਉਮਰ ਦਾ ਪ੍ਰਧਾਨ ਸੀ। ਅਤੇ ਮੈਂ ਗੁਰਦੁਆਰਾ ਦੀ ਇੱਕ ਨਵੀਂ ਇਮਾਰਤ ਬਣਾਈ ਅਤੇ ਖਾਲਸਾ ਸਕੂਲ ਸਥਾਪਿਤ ਕੀਤਾ ਜਿੱਥੇ ਹੁਣ 400 ਤੋਂ 500 ਬੱਚੇ ਮੁੱਢਲੀ ਪੰਜਾਬੀ ਭਾਸ਼ਾ ਸਿੱਖ ਰਹੇ ਹਨ ਮੈਂ 1970 ਦੇ ਦਹਾਕੇ ਦੇ ਮੱਧ ਵਿੱਚ ਇੱਕ ਵਾਰ ਭਾਰਤ ਆਇਆ ਸੀ ਮੈਂ ਸਿਲੀਕਨ ਵੈਲੀ ਵਿੱਚ ਵੀ 1984-85 ਵਿੱਚ ਕੰਮ ਕੀਤਾ ਸੀ 1988 ਵਿੱਚ ਸਿੱਖ ਇਨਫੋਰਮੇਸ਼ਨ ਸੈਂਟਰ ਦੀ ਸਥਾਪਨਾ ਤੋਂ ਇਲਾਵਾ ਮੈਂ 2006 ਵਿੱਚ ਸੰਗਠਨ ਆਫ ਮਿਨੋਰਟੀਜ਼ ਆਫ ਇੰਡੀਆ ਦੀ ਸਥਾਪਨਾ ਵੀ ਕੀਤੀ ਸੀ ਦਿੱਲੀ ਪੁਲਿਸ ਦੀ ਜਾਂਚ ਵਿੱਚ ਖੁਦ ਨੂੰ ਕੇ ਟੂ ਨਾਲ ਜੁੜਿਆ ਦੱਸੇ ਜਾਣ ਉੱਪਰ ਭਜਨ ਸਿੰਘ ਪਿੰਡਰ ਦਾ ਕਹਿਣਾ ਹੈ ਕਿ ਸਰਕਾਰ ਅਤੇ ਮੀਡੀਆ ਦੇ ਇੱਕ ਹਿੱਸੇ ਦੁਆਰਾ ਇਹ ਬਣਾਇਆ ਗਿਆ ਹੈ ਮੈਨੂੰ ਨਹੀਂ ਪਤਾ ਕੀ ਟੂ ਕੀ ਹੈ ਭਾਰ ਸਰਕਾਰ ਦੀ ਆਪਣੀ ਰਿਪੋਰਟ ਕਹਿੰਦੀ ਹੈ ਕਿ ਸਾਲ 2000 ਤੋਂ ਬਾਅਦ ਭਿੰਡਰ ਨੇ ਆਪਣੇ ਕੰਮ ਕਰਨ ਦੀ ਰਣਨੀਤੀ ਬਦਲ ਦਿੱਤੀ ਉਹ ਹੁਣ ਇੱਕ ਇਨਫੋਰਮੇਸ਼ਨ ਵਾਰ ਲੜ ਰਿਹਾ ਹੈ ਜਦੋਂ ਮੈਂ ਇੱਕ ਕਾਗਜ਼ਾਂ ਦੀ ਲੜਾਈ ਲੜ ਰਿਹਾ ਹਾਂ ਜੋ ਕਿ ਉਹਨਾਂ ਸਾਰੇ ਲੋਕਾਂ ਨੂੰ ਇਕਜੁੱਟ ਕਰਨਾ ਹੈ ਜੋ ਪਿਛਲੇ 20 ਸਾਲਾਂ ਤੋਂ ਦਬੇ ਅਤੇ ਪੀੜਤ ਹਨ ਤਾਂ ਮੈਨੂੰ ਆਤਵਾਦੀ ਜਾਂ ਆਈਐਸਆਈ ਦਾ ਏਜੰਟ ਕਿਵੇਂ ਕਹਿ ਸਕਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਮੇਰਾ ਨਾਮ 2011 ਤੱਕ ਕਾਲੀ ਸੂਚੀ ਵਿੱਚ ਸੀ ਪਰ ਉਸ ਤੋਂ ਬਾਅਦ ਮੇਰਾ ਨਾਮ ਬਲੈਕਲਿਸਟ ਤੋਂ ਮਿਟਾ ਦਿੱਤਾ ਗਿਆ ਜੋ ਮੈਨੂੰ ਦੱਸਿਆ ਗਿਆ ਸੀ ਹੁਣ ਜਦੋਂ ਪਾਰ ਸਰਕਾਰ ਨੇ ਕਈਆਂ ਨੂੰ ਰਿਹਾਅ ਕੀਤਾ ਹੈ ਜਿਹੜੇ ਹੱਤਿਆ ਬੰਬ ਧਮਾਕੇ ਸਮੇਤ ਹਰ ਪਹਿਲੂ ਵਿੱਚ ਆਤਵਾਦੀ ਸ਼ਾਮਲ ਰਹੇ ਹਨ ਸਰਕਾਰ ਦੁਆਰਾ ਇੱਕ ਨਵਾਂ ਅਧਿਆਇ ਸ਼ੁਰੂ ਕੀਤਾ ਗਿਆ ਹੈ ਫਿਰ ਲੋਕਾਂ ਨੂੰ ਅਜੇ ਤੰਗ ਨਾਲ ਸਹਾਇਤਾ ਲਈ ਨਿਸ਼ਾਨਾ ਬਣਾਉਣਾ ਗਲਤ ਹੈ ਅਧੇ ਕਿਸਾਨਾਂ ਦੇ ਵਿਰੋਧ ਨੂੰ ਮਾੜਾ ਨਾਮ ਦਿੱਤਾ ਜਾ ਰਿਹਾ ਹੈ ਮੇਰਾ ਨਾਮ ਸਿਰਫ ਭਜਨ ਸਿੰਘ ਜਾਂ ਭਜਨ ਸਿੰਘ ਪਿੰਡਰ ਹੈ ਕਿਉਂਕਿ ਮੈਨੂੰ ਇਹ ਇਕਬਾਲ ਕਿਉਂ ਕਹਿੰਦੇ ਹਨ ਇਹ ਸਵਾਲ ਹੈ ਜਿਸ ਦਾ ਉੱਤਰ ਦਿੱਲੀ ਪੁਲਿਸ ਦੁਆਰਾ ਦਿੱਤਾ ਜਾ ਸਕਦਾ ਹੈ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਹੈ ਮੇਰਾ ਨਾਮ ਸਿਰਫ ਭਜਨ ਸਿੰਘ ਪਿੰਡਰ ਹੈ ਇਹ ਉਸ ਦਾ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਤੇ ਹੁਣ ਇਹ ਟੈਗ ਲਾਉਣਾ ਗਲਤ ਹੈ 1984 ਦਾ ਇੱਕ ਸਮਾਂ ਸੀ ਜਦੋਂ ਮੈਂ ਕਿਸੇ ਹੋਰ ਆਮ ਸਿੱਖਵੰਗ ਹਰਮੰਦਰ ਸਾਹਿਬ ਤੇ ਹੋਏ ਹਮਲੇ ਤੋਂ ਬਾਅਦ ਬਣੀ ਸਥਿਤੀ ਤੋਂ ਨਰਾਜ਼ ਸੀ ਅਤੇ ਫਿਰ ਦਿੱਲੀ ਸਿੱਕ ਕਤਲਿਆਮ ਚ ਹਜ਼ਾਰਾਂ ਸਿੱਖਾਂ ਨੂੰ ਮਾਰ ਦਿੱਤਾ ਗਿਆ ਇਹ ਦੁਨੀਆ ਦੇ ਹਰ ਸਿੱਖ ਲਈ ਦੁਖਦਾਈ ਅਤੇ ਬਧੇਰੇ ਦੁਖਦਾਈ ਸੀ ਇਸ ਦਾ ਪ੍ਰतिकਰਮ ਹੋਇਆ ਲੋਕਾਂ ਹਥਿਆਰ ਚੁੱਕ ਕੇ ਇੱਕ ਸਮੇਂ ਅਸੀਂ ਅੱਤਵਾਦੀਆਂ ਦਾ ਮਨੁੱਖਤਾ ਦੇ ਆਧਾਰ ਤੇ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਮਦਦ ਕੀਤੀ ਸੀ ਦਵਾਈ ਭੋਜਨ ਸਹਾਇਤਾ ਪ੍ਰਦਾਨ ਕਰਕੇ ਸਹਾਇਤਾ ਕੀਤੀ ਪਰ ਮੈਂ ਇੱਕ ਅੱਤਵਾਦੀ ਨਹੀਂ ਹਾਂ ਅਦੇ ਕਦੇ ਵੀ ਕਿਸੇ ਹਿੰਸਾ ਵਿੱਚ ਹਿੱਸਾ ਨਹੀਂ ਲਿਆ ਅਸੀਂ ਭਾਰਤ ਵਿਰੋਧੀ ਲੋਕਾਂ ਤੇ ਰਾਜ ਜ਼ੁਲਮ ਅਤੇ ਅਤਿਆਚਾਰ ਵਿਰੁੱਧ ਕਾਰਵਾਈ ਕਰਨਾ ਚਾਹੁੰਦੇ ਹਾਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਵਿੱਚ ਮੇਰੀ ਕੋਈ ਸ਼ਮੂਲੀਅਤ ਨਹੀਂ ਹੈ ਉਹ ਅੱਗੇ ਕਹਿੰਦੇ ਹਨ ਕਿ ਐਸਆਈਸੀ ਦੀ ਸਥਾਪਨਾ 1984 ਦੇ ਕਤਲੇਆਮ ਤੋਂ ਬਾਅਦ ਕੀਤੀ ਗਈ ਸੀ ਤਾਂ ਜੋ ਅੱਤਵਾਦੀ ਅੱਤਵਾਦ ਦੇ ਦਿਨਾਂ ਦੌਰਾਨ ਸਿੱਖਾਂ ਦੀ ਦੁਰਦਸ਼ਾ ਬਾਰੇ ਵਿਸ਼ਵ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਜਦੋਂ ਕਈ ਨੌਜਵਾਨ ਗਾਇਬ ਹੋ ਗਏ ਹੁਣ ਵੀ ਲੋਕ 1984 ਦੇ ਹਮਲੇ ਲਈ ਮਾਫੀ ਮੰਗ ਰਹੇ ਹਨ ਪਰ ਅਸੀਂ ਉਨ੍ਹਾਂ ਲਈ ਬੋਲਣਾ ਚਾਹੁੰਦੇ ਸੀ ਜਿਹੜੇ ਅੱਤਵਾਦ ਦੇ ਇਸ ਕਾਲੇ ਸਮੇਂ ਦੌਰਾਨ ਆਪਣੇ ਲਈ ਬੋਲ ਨਹੀਂ ਸਕਦੇ ਉਹ ਅੱਗੇ ਦੱਸਦੇ ਹਨ ਕਿ OFMI ਦਾ ਨਿਰਮਾਣ ਸਿਰਫ ਧਰਮ ਨਿਰਪੱਖਤਾ ਨੂੰ ਉਤਸ਼ਾਹਿਤ ਕਰਦਿਆਂ ਦੱਖਣੀ ਏਸ਼ੀਆ ਵਿੱਚ ਘਟ ਗਿਣਤੀਆਂ ਦੀ ਵਿਅਕਤੀਗਤ ਆਜ਼ਾਦੀ ਨੂੰ ਅੱਗੇ ਵਧਾਉਣ ਲਈ ਕੀਤਾ ਗਿਆ ਸੀ ਸਮਾਂ ਬਦਲਦਾ ਹੈ ਹਰ ਕੋਈ ਵਿਕਾਸ ਕਰਦਾ ਹੈ ਅਸੀਂ ਵਿਕਸਤ ਵੀ ਹੋਏ ਇੱਥੋਂ ਤੱਕ ਕਿ ਭਾਰ ਸਰਕਾਰ ਹੁਣ ਸਾਬਕਾ ਖਾੜਕੂਆਂ ਨੂੰ ਰਿਹਾ ਵੀ ਕਰ ਰਹੀ ਹੈ ਮੈਂ ਲੋਕਾਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਲਈ ਜਾਗਰੂਕ ਕਰ ਰਿਹਾ ਹਾਂ ਅਤੇ ਕਿਸੇ ਵੀ ਤਰ੍ਹਾਂ ਦੀ ਖਾੜਕੂਵਾਦ ਦਾ ਸਮਰਥਨ ਨਹੀਂ ਕਰਦਾ ਰਿਹਾ ਹਾਂ ਟੂਲ ਕਿਟ ਮਾਮਲੇ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਟੂਲ ਕਿਟ ਕੋਈ ਜੁਰਮ ਨਹੀਂ ਇਹ ਗਿਆਨ ਵਧਾਉਣ ਵਾਲਾ ਹੈ ਭਾਵੇਂ ਕੋਵਿਡ ਸਮੇਂ ਦੌਰਾਨ ਇਸ ਦੀ ਵਿਆਪਕ ਜਾਗਰੂਕਤਾ ਲਈ ਵਰਤੋਂ ਕੀਤੀ ਜਾਂਦੀ ਸੀ ਸਰਕਾਰ ਇਸ ਦੀ ਵਰਤੋਂ ਖੁਦ ਕਰਦੀ ਰਹੀ ਹੈ ਸਾਰੀ ਦੁਨੀਆ ਇਸ ਦੀ ਵਰਤੋਂ ਕਰ ਰਹੀ ਹੈ ਮੈਂ ਇਸ ਗ੍ਰੇਟਾ ਟਵੀਟ ਟੂਲ ਕਿਟ ਦਾ ਹਿੱਸਾ ਬਨਣਾ ਕਿਸਾਨਾਂ ਦੀ ਸਹਾਇਤਾ ਲਈ ਜੂਮ ਮੀਟਿੰਗ ਕਰਨਾ ਪਸੰਦ ਕਰਾਂਗਾ ਕਿਉਂਕਿ ਕਿਸਾਨ ਭਾਰਤ ਦੀ ਰੀੜ ਦੀ ਹੱਡੀ ਹਨ ਮੈਂ ਕਿਸਾਨਾਂ ਦੀ ਮਦਦ ਕਰਨਾ ਚਾਹੁੰਦਾ ਸੀ ਪਰ ਮੈਂ ਅਜੇ ਹੀ ਕਿਸੇ ਟੂਲ ਕਿਟ ਜਾਂ ਜੂਮ ਮੀਟਿੰਗ ਦਾ ਹਿੱਸਾ ਨਹੀਂ ਹਾਂ ਪਰ ਸਰਕਾਰ ਸ਼ਾਇਦ ਸਾਨੂੰ ਦੋਸ਼ੀ ਠਹਿਰਾਉਂਦੀ ਹੈ ਉਹ ਅੱਗੇ ਕਹਿੰਦੇ ਹਨ ਕਿ ਲੋਕ ਸਾਡੇ ਤੇ ਹੱਸ ਰਹੇ ਹਨ ਕਿਉਂਕਿ ਟੂਲ ਕਿਟ ਨੂੰ ਪਰਮਾਣੂ ਬੰਬ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜੇ ਉੱਤਰ ਦੱਖਣ ਪੂਰਬ ਪੱਛਮ ਤੋ ਭਾਰਤੀ ਲੋਕ ਕਿਸਾਨੀ ਦਾ ਸਮਰਥਨ ਕਰ ਰਹੇ ਹਨ ਤਾਂ ਇਹ ਭਾਰਤੀਆਂ ਦਾ ਸਰਵ ਵਿਆਪਕ ਸਮਰਥਨ ਅਦੇ ਬਹੁਤ ਜ਼ਿਆਦਾ ਇੱਕ ਭਾਰਤੀ ਚੀਜ਼ ਹੈ ਭਾਰਤ ਵਿੱਚ ਸਰਕਾਰ ਚੀਨ ਪਾਕਿਸਤਾਨੀ ਖਾਲਸਤਾਨੀ ਹਮਾਇਤ ਪ੍ਰਾਪਤ ਕਿਸਾਨਾਂ ਦੇ ਅੰਦੋਲਨ ਨੂੰ ਨਿਸ਼ਾਨਾ ਬਣਾ ਰਹੀ ਹੈ ਭਾਰਤ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਚੀਨ ਪਾਕਿਸਤਾਨੀ ਖਾਲਸਤਾਨੀ ਹਮਾਇਤੀ ਪਤਾ ਨਹੀਂ ਕੀ ਕੀ ਦੱਸ ਰਹੀ ਹੈ ਕਿਸਾਨ ਅੰਦੋਲਨ ਨੂੰ ਨਿਸ਼ਾਨਾ ਬਣਾ ਰਹੀ ਹੈ ਅਦੇ ਹੁਣ ਇਹ ਆਈਐਸਆਈ ਅਤੇ ਕੇ2 ਏਜੰਡਾ ਆ ਗਿਆ ਹੈ ਉਹ ਸਾਰੇ ਪੁਰਾਣੇ ਰਿਕਾਰਡ ਖੋ ਰਹੇ ਹਨ ਅਦੇ ਲੋਕਾਂ ਦੇ ਵਿਰੋਧ ਨੂੰ ਪੜਕਾਉਣ ਲਈ ਲੋਕਾਂ ਦੇ ਗਲਤ ਕੇਸ ਪਾ ਰਹੇ ਹਨ ਕੋਈ ਵੀ ਅਸਲ ਮੁਦਦੇ ਦਾ ਸਾਹਮਣਾ ਨਹੀਂ ਕਰਨਾ ਚਾਹੁੰਦਾ ਦੁਨੀਆ ਇੱਕ ਬਹੁਤ ਹੀ ਚੁਣੌਤੀ ਭਰਪੂਰ ਸਮੇਂ ਵਿੱਚੋਂ ਲੰਘ ਰਹੀ ਹੈ ਇੱਥੇ ਅਸੀਂ ਇੱਕ ਕਿਸਮ ਦੀ ਚੀਜ਼ ਨਾਲ ਖੇਡ ਰਹੇ ਹਾਂ ਰਿਫਰੈਂਡਮ ਬਾਰੇ ਉਹਨਾਂ ਦਾ ਕਹਿਣਾ ਹੈ ਕਿ ਮੈਂ ਰਿਫਰੈਂਡਮ ਸ਼ਬਦ ਦੇ ਉਲਟ ਨਹੀਂ ਹਾਂ ਕਿਉਂਕਿ ਇਹ ਪੂਰੀ ਦੁਨੀਆ ਵਿੱਚ ਹੋ ਰਿਹਾ ਹੈ ਪਰ ਇਹ ਕਹਿ ਰਹੇ ਹਨ ਕਿ ਮੈਂ ਐਸ ਐਫ ਜੀ ਦਾ ਹਿੱਸਾ ਨਹੀਂ ਹਾਂ ਮੇਰਾ ਕੰਮ ਭਾਰਤ ਵਿੱਚ ਘੱਟ ਗਿਣਤੀਆਂ ਦੀ ਭਲਾਈ ਲਈ ਹੈ ਅਤੇ ਡਾਕਟਰ ਬੀ ਆਰ ਅੰਬੇਦਕਰ ਵਰਗਿਆਂ ਦੇ ਫਲਸਫੇ ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਭਗਤ ਸਿੰਘ ਦੀ ਸੋਚ ਵਾਂਗ ਲੋਕਾਂ ਨੂੰ ਮਾਣ ਅਤੇ ਸਵੈ ਮਾਨ ਨਾਲ ਜਿਉਣ ਲਈ ਜਾਗਰੂਕ ਕਰਦੇ ਹਨ ਮੈਂ ਆਪਣੇ ਦਾਦਾ ਸਾਡੇ ਸਿੱਖ ਗੁਰੂਆਂ ਦੀ ਧਰਤੀ ਦੇ ਵਿਰੁੱਧ ਕਿਵੇਂ ਹੋ ਸਕਦਾ ਹਾਂ ਮੈਂ ਸਿਰਫ ਕਿਸਾਨ ਦਾ ਸਮਰਥਨ ਕਿਉਂ ਕਰ ਰਿਹਾ ਹਾਂ ਕਿਉਂਕਿ ਜੇਕਰ ਕਿਸਾਨ ਹੀਠਾਂ ਆ ਜਾਣਗੇ ਤਾਂ ਭਾਰਤ ਵਿੱਚ ਹਰ ਕੋਈ ਦੱਬਿਆ ਜਾਵੇਗਾ ਮੈਂ ਡਾਕਟਰ ਬੀ ਆਰ ਅੰਬੇਦਕਰ ਫਾਊਂਡੇਸ਼ਨ ਦਾ ਮੈਂਬਰ ਹਾਂ ਮੈਂ ਸਰ ਛੋਟੂ ਰਾਮ ਅੰਦੋਲਨ ਕਾਸ਼ੀਰਾਮ ਅੰਦੋਲਨ ਦਾ ਸਮਰਥਨ ਕਰਦਾ ਹਾਂ ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਦਾ ਸਨਮਾਨ ਕੀਤਾ ਜਾਵੇ ਮੈਂ ਚਾਹੁੰਦਾ ਹਾਂ ਕਿ ਕਾਨੂੰਨ ਰੱਦ ਕੀਤੇ ਜਾਣ ਅਦੇ ਇੱਕ ਖੁਸ਼ਹਾਲ ਤੰਦਰੁਸਤ ਭਾਰਤ ਚਾਹੁੰਦੇ ਹਾਂ ਪਰ ਜਿਸ ਤਰ੍ਹਾਂ ਮੇਰਾ ਨਾਮ ਗਲਤ ਰੰਗਤ ਦੇਖ ਕੇ ਇਸ ਪ੍ਰਸੰਗ ਵਿੱਚ ਕਸੀਟਿਆ ਗਿਆ ਉਹ ਬਹੁਤ ਗਲਤ ਹੈ ਕਿਸੇ ਵੀ ਪੱਖੋਂ ਤਰਕਸੰਗਤ ਨਹੀਂ ਇਹ ਮੇਰੇ ਲਈ ਬਹੁਤ ਦੁਖਦਾਈ ਹੈ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ